ਛੇਰਟਾ ਹੇਠ ਆਉਂਦੀ ਪੁਲਿਸ ਚੌਂਕੀ ਛੇਰਟਾ ਟਾਊਨ ਦੇ ਇੰਚਾਰਜ ਏਐਸਆਈ ਬਲਵਿੰਦਰ ਸਿੰਘ ਵੱਲੋਂ ਉੱਚ ਅਧਿਕਾਰੀਆਂ ਦੀ ਹਿਦਾਇਤ ਤੇ ਚਾਰ ਤੋਪੀਆਂ ਵਾਹਨ ਚੋਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਚੋਰੀ ਸ਼ੁਦਾ 20 ਮੋਟਰਸਾਈਕਲ ਬਰਾਮਦ ਕੀਤੇ ਜਾਣ ਬਾਰੇ ਜਾਣਕਾਰੀ ਦਿੰਦਿਆਂ ਐਸਐਚਓ ਛੇਰਟਾ ਇੰਚਾਰਜ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਚੈਕਿੰਗ ਦੌਰਾਨ ਇੱਕ ਮੋਟਰਸਾਈਕਲ ਤੇ ਦੋ ਨੌਜਵਾਨ ਜਿਨ੍ਹਾਂ ਦੀ ਸ਼ਨਾਖਤ ਵਿਸ਼ਾਲ ਉਪਕਰਨ ਅਤੇ ਹਰਜਿੰਦਰ ਸਿੰਘ ਲੱਡੂ ਵਜੋਂ ਹੋਈ ਹੈ। ਸਾਡੇ ਟਾਊਨ ਚੌਂਕੀ ਟਾਊਨ ਛਿਆਟਾ ਦੇ ਇੰਚਾਰਜ ਏਐਸਆਈ ਬਲਵਿੰਦਰ ਸਿੰਘ ਨੇ ਅਤੇ ਮਿਤੀ 10/9/22 ਨੂੰ ਬਲਵਿੰਦਰ ਸਿੰਘ ਏਐਸਆਈ ਨੂੰ ਸਮੇਤ ਪੁਲਿਸ ਪਾਰਟੀ ਇਤਲਾਹ ਮਿਲੀ ਕਿ ਵਿਸ਼ਾਲ ਸਿੰਘ ਕਰਨ ਪੁੱਤਰ ਸਾਹਿਬ ਸਿੰਘ ਵਾਸੀ ਪੰਜਵੜ ਅਤੇ ਹਰਜਿੰਦਰ ਸਿੰਘ ਲੱਡੂ ਵਾਸੀ ਪੰਜਵੜ ਇਹ ਦੋਵੇਂ ਜਿਹੜੇ ਆ ਮੋਟਰਸਾਈਕਲ ਚੋਰੀ ਕਰਕੇ ਅਤੇ ਗਾਂ ਲੋਕਾਂ ਨੂੰ ਸਸਤੇ ਭਾਅ ਵੇਚਦੇ ਆ। ਜਿਹੜੀ ਇਨਫੋਰਮੇਸ਼ਨ 'ਤੇ ਇਹਨਾਂ ਦੋਵਾਂ ਨੂੰ ਚੌਂਕ ਛਿਆਟੇ ਤੋਂ ਕਾਬੂ ਕੀਤਾ। ਇੱਕ ਚੋਰੀ ਦੇ ਮੋਟਰਸਾਈਕਲ ਸਮੇਤ ਇਹਨਾਂ ਨੂੰ ਕਾਬੂ ਕਰਨ ਤੋਂ ਬਾਅਦ ਜਦੋਂ ਅਸੀਂ ਇਹਦੀ ਅੱਗੇ ਤਫਤੀਸ਼ ਚਲਾਈ ਅਤੇ ਇਹਨਾਂ ਦੇ ਦੋ ਹੋਰ ਸਾਥੀ ਜਿਹੜੇ ਆ ਉਹ ਮੁਕਦਮੇ 'ਚ ਨਾਮਜ਼ਦ ਕੀਤੇ, ਜਿਨ੍ਹਾਂ ਦਾ ਨਾਂ ਆਕਾਸ਼ਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪੰਜਵੜ ਅਤੇ ਗੁਰਬਿੰਦਰ ਸਿੰਘ ਗੁੱਜਰ ਪੁੱਤਰ ਮਨਜੀਤ ਸਿੰਘ ਵਾਸੀ ਪੰਜਵੜ। ਇਹ ਟੋਟਲ ਚਾਰ ਦੋਸ਼ੀ ਜਿਹੜੇ ਆ ਮੁਕਦਮਾ ਨੰਬਰ 221 ਮਿਤੀ 10/9/22 ਅਧੀਨ ਧਾਰਾ 379 411 473 IPC ਥਾਣਾ ਛਿਆਟਾ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ। ਔਰ ਦੌਰਾਨੇ ਤਫਤੀਸ਼ ਏਐਸਆਈ ਬਲਵਿੰਦਰ ਸਿੰਘ ਨੇ ਬੜੀ ਵਧੀਆ ਮਿਹਨਤ ਨਾਲ ਕੰਮ ਕਰਦਿਆਂ ਹੋਇਆਂ ਚਾਰਾਂ ਦੋਸ਼ੀਆਂ ਦੇ ਕੋਲੋਂ ਹੁਣ ਤੱਕ ਟੋਟਲ 20 ਮੋਟਰਸਾਈਕਲ ਜਿਹੜੇ ਇਹਨਾਂ ਨੇ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਆ ਉਹ ਬਰਾਮਦ ਕੀਤੇ ਨੇ, ਜਿਨ੍ਹਾਂ ਦੇ ਵਿੱਚ 15 ਸਪਲੈਂਡਰ ਮੋਟਰਸਾਈਕਲ ਨੇ, 3 ਪਲਟੀਨਾ ਅਤੇ ਪੈਸ਼ਨ ਪ੍ਰੋ 2 ਮੋਟਰਸਾਈਕਲ ਨੇ।